ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ਵਰਾ ਸਿੰਘ ਪੰਨੂ। ਕੈਪਟਨ ਸਰਕਾਰ ਹੁਣ ਜਲਦ ਹੀ ਕਰੇਗੀ ਫੈਸਲਾ, ਕੋਈ MLA 100 ਤੋਂ ਵੱਧ ਬਰਾਤੀਆਂ ਵਾਲੇ ਵਿਆਹ ਸਮਾਗਮਾਂ ਵਿੱਚ ਨਹੀਂ ਹੋਵੇਗਾ ਸ਼ਾਮਲ। ਪੱਟੀ ਹਲਕੇ ਦੇ ਪਿੰਡ ਸਭਰਾ ਵਿਖੇ ਫਤਿਹ ਦਿਵਸ ਸਮਾਗਮਾਂ ਮੌਕੇ ਪੁੱਜੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੀ ਜਾਣਕਾਰੀ। ਉਹਨਾਂ ਕਿਹਾ ਕਿ VIP ਕਲਚਰ ਖਤਮ ਕਰਨ ਤੋਂ ਬਾਅਦ ਕਮੇਟੀ ਵੱਲੋਂ ਕੀਤੀ ਸਿਫਾਰਸ਼ ਦਾ ਉਦੇਸ਼ ਵਿਆਹਾਂ ਮੌਕੇ ਹੁੰਦੀ ਫਜ਼ੂਲ ਖਰਚੀ ਰੋਕਣਾ ਅਤੇ ਖਾਸਕਰ ਕਿਸਾਨਾਂ ਨੂੰ ਬੇਲੋੜੇ ਕਰਜ਼ੇ ਤੋਂ ਬਚਣ ਲਈ ਜਾਗਰੂਕ ਕਰਨਾ ਹੈ। ਵੀਰਵਾਰ ਨੂੰ ਵਿਧਾਨ ਸਭਾ ਹਲਕਾ ਪੱਟੀ ਦੇ ਇਤਿਹਾਸਕ ਪਿੰਡ ਸਭਰਾ ਵਿਖੇ ਫਤਿਹ ਦਿਵਸ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਕਿਸਾਨ ਕਰਜ਼ਿਆਂ ਸੰਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਪਹਿਲੀ ਕਿਸ਼ਤ ਵਿੱਚ ਕੋਆਪਰੇਟਿਵ ਬੈਂਕਾਂ ਤੋਂ ਲਏ ਕਰਜ਼ੇ ਮੁਆਫ ਕੀਤੇ ਗਏ ਨੇ ਅਤੇ ਅਗਲੀ ਵਾਰੀ ਕਮਰਸ਼ੀਅਲ ਬੈਂਕਾਂ ਤੋਂ ਲਏ ਕਰਜ਼ੇ ਦੀ ਮੁਆਫੀ ਹੋਵੇਗੀ। ਮੰਤਰੀ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਲਦੀ ਹੀ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਵਿਆਹਾਂ ਵਿੱਚ ਹੁੰਦੀ ਫਜ਼ੂਲ ਖਰਚੀ ਨੂੰ ਰੋਕਣ ਦੇ ਮਕਸਦ ਨਾਲ ਇੱਕ ਫੈਸਲਾ ਲੈਣ ਜਾ ਰਹੀ ਹੈ, ਜਿਸ ਤਹਿਤ 100 ਤੋਂ ਵੱਧ ਬਰਾਤੀਆਂ ਵਾਲੇ ਸਮਾਗਮ ਵਿੱਚ ਕੋਈ MLA ਸ਼ਮੂਲੀਅਤ ਨਹੀਂ ਕਰ ਸਕੇਗਾ। ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਉਪਰੰਤ ਕਾਂਗਰਸ ਸਰਕਾਰ ਨੇ VIP ਕਲਚਰ ਬੰਦ ਕਰਕੇ ਰਾਜ ਅੰਦਰ ਭੈ ਮੁਕਤ ਰਾਜ ਸਥਾਪਿਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਪੋਲ ਖੋਲ ਰੈਲੀਆਂ ਸੰਬੰਧੀ ਬੋਲਦਿਆਂ ਉਹਨਾਂ ਸਵਾਲ ਕੀਤਾ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਇਹ ਦੱਸਣ ਕਿ ਉਹਨਾਂ ਦੀ ਸਰਕਾਰ ਵੱਲੋਂ ਪੰਜਾਬ ਦੇ ਸਿਰ ਛੱਡੇ ਕਰਜ਼ੇ ਦੀ ਪੋਲ ਕੌਣ ਖੋਲ੍ਹੇਗਾ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੇਂਦਰੀ ਕੈਬਨਿਟ ਵਿੱਚ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਦੇ ਲੰਗਰ 'ਤੇ ਲਗਾਏ ਜਾਂਦੇ GST ਟੈਕਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸਵਾਲ ਕਿਉਂ ਨਹੀਂ ਉਠਾਉਂਦੇ? ਅੱਜ ਇਤਿਹਾਸਿਕ ਪਿੰਡ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਸਭਰਾਵਾਂ ਦੀਆਂ ਗੱਲਾਂ ਸੁਣਦੇ ਹੁੰਦੇ ਸਾਂ, ਆਏ ਅੱਜ ਪਹਿਲੀ ਵਾਰ। ਇੱਕ ਸਾਲ ਪਹਿਲਾਂ ਤੁਸੀਂ ਸਾਡੇ 'ਤੇ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਪੰਜਾਬ ਦੀ ਵਾਗਡੋਰ ਫੜਾਈ। ਜਦੋਂ ਪੰਜਾਬ ਦੀ ਵਾਗਡੋਰ ਸਾਡੇ ਹੱਥ ਆਈ ਉਦੋਂ ਪੰਜਾਬ 'ਚ ਜੰਗਲ ਦਾ ਰਾਜ ਸੀ। ਅੱਜ ਗੈਂਗਸਟਰਾਂ ਦਾ ਲੱਕ ਟੁੱਟ ਚੁੱਕਿਆ, ਖਤਮ ਹੋ ਚੁੱਕਿਆ, ਮਾਫੀਆ ਨੂੰ ਨਕੇਲ ਪੈ ਚੁੱਕੀ ਆ ਅਕਾਲ ਪੁਰਖ ਦੀ ਕਿਰਪਾ ਨਾਲ। ਗ੍ਰੰਥਾਂ ਦੀ ਬੇਅਦਬੀ ਨਹੀਂ ਹੋ ਰਹੀ, ਉਸ ਬਾਬੇ ਦੀ ਮਿਹਰ ਹੋਈ ਆ। ਅੱਜ ਜਿਹੜੇ ਸ਼ਹਿਰਾਂ 'ਚ ਕਤਲ ਹੋ ਰਹੇ ਸਨ, ਕਾਤਲ ਫੜੇ ਨਹੀਂ ਸਨ ਜਾਂਦੇ, ਉਹ ਕਤਲ ਬੰਦ ਨੇ ਤਾਂ ਕਾਤਲ ਵੀ ਫੜੇ ਗਏ ਨੇ। ਅੱਜ ਪੰਜਾਬ ਦੇ ਸਿਰੇ ਤੋਂ ਦੂਜੇ ਸਿਰੇ ਤੱਕ ਕਣਕ ਵੇਲੇ ਸੇਵਾ ਕੀਤੀ ਗਈ ਤੇ ਪੇਮੈਂਟ ਵੀ ਚੰਗੀਆਂ ਘੰਟਿਆਂ 'ਚ ਆਈ ਹੈ। ਅਕਾਲ ਪੁਰਖ ਦੀ ਕਿਰਪਾ ਨਾਲ ਝੋਨੇ ਦੇ ਬਾਥਰੂਮ ਦਾ ਭਾਅ ਵੀ ਵਧੀਆ ਰਿਹਾ ਵਾ। ਆਲੂਆਂ ਵਾਲੇ ਵੀ ਥੋੜ੍ਹੇ ਹੱਸੇ ਨੇ, ਹਜੇ ਗਰੀਬ ਕਿਸਾਨਾਂ ਦੇ ਖਾਤੇ 'ਚ 2-2 ਲੱਖ ਰੁਪਈਆ ਪਾਇਆ। ਇਹ ਉਹ 2 ਲੱਖ ਰੁਪਈਆ ਜਿਹੜੇ ਕੋਵਿਡ ਮੁਦਾਰਿਆਂ 'ਚ ਆਇਆ। ਗਿੱਲ ਸਾਹਿਬ ਕਿੰਨਾ ਪੈਸਾ ਆਇਆ ਤੁਹਾਡੇ ਹਲਕੇ 'ਚ, ਤਿੰਨ ਕਰੋੜ ਅਤੇ ਭੁੱਲਰ ਸਾਹਿਬ ਦੇ ਹਲਕੇ 'ਚ 5 ਕਰੋੜ, ਅਗਨੀਹੋਤਰੀ ਸਾਹਿਬ ਤੁਹਾਡੇ ਹਲਕੇ 2 ਕਰੋੜ। ਇਹ
ਉਪਰਲਾ ਲਾਰਾ ਕੁਝ ਕਰ ਗਿਆ ਕਮਰਸ਼ੀਅਲ ਬੈਂਕਾਂ ਦਾ, ਕਿਸੇ ਨੇ HDFC ਬੈਂਕ ਚੋਂ ਲਿਆ, ਕਿਸੇ ਨੇ ICICI ਬੈਂਕ ਚੋਂ ਲਿਆ ਉਹਦਾ। ਅਗਲੀਆਂ ਕਿਸ਼ਤਾਂ ਉਹਨਾਂ ਬੈਂਕਾਂ ਦੀਆਂ ਆਉਣੀਆਂ ਨੇ। ਮੈਂ ਤਾਂ ਲੋਕ ਸੋਚਣ ਕਿ ਅਸੀਂ ਤਾਂ ਇਸ ਬੈਂਕ ਚੋਂ ਕਰਜ਼ਾ ਲੈ ਕੇ ਪਛਤਾ ਚੁੱਕੇ ਹਾਂ, ਗਲਤ ਹੋ ਗਿਆ। ਕਿਸੇ ਜੱਟ ਨੇ ਕਿਸੇ ਆੜ੍ਹਤੀ ਕੋਲ 1,00,000 ਰੁਪਇਆ ਲਿਆ, ਉਹ ਵਿਆਜ ਲਾ ਕੇ 10,00,000 ਨਹੀਂ ਬਣਾ ਸਕਦਾ, ਉਹ ਵਿਆਜ ਦਰ ਵਿਆਜ ਨਹੀਂ ਲੈ ਸਕਦਾ। ਜੇ 1,00,000 ਲਿਆ ਤੇ ਬੜਾ ਫਰਕ ਪੈ ਜਾਂਦਾ, 1,00,000 ਦਾ 2,00,000 ਲੈ ਸਕਦਾ, ਇਹ ਤੋਂ ਵੱਧ ਨਹੀਂ ਲੈ ਸਕੇਗਾ। ਇਹ ਕਾਨੂੰਨ ਬਣਾ ਦੇਣਾ, ਸੁਜੈਸ਼ਨ ਦਿੱਤੀ ਆ ਕਿ ਜਿਸ ਵਿਆਹ 'ਚ 100 ਤੋਂ ਵੱਧ ਜਣਾ ਗਿਆ ਵਾ, ਉਸ ਵਿਆਹ 'ਚ MLA ਨਹੀਂ ਜਾਊਗਾ। 2007 'ਚ ਕੈਪਟਨ ਸਾਹਿਬ ਗਏ, ਉਦੋਂ ਸਾਡੇ ਸਟੇਟ 'ਤੇ ਕਰਜ਼ਾ ਸੀ 44,000 ਕਰੋੜ, ਹੁਣ ਹੋ ਗਿਆ 2,30,000 ਕਰੋੜ। ਆ ਜਿਹੜੇ ਪੋਲ ਖੋਲਣ ਆਉਂਦੇ ਨੇ ਤੁਹਾਡੇ ਇਲਾਕੇ 'ਚ, ਆਉਣਗੇ ਦੋ ਜਣੇ ਸਵਾਲ ਤੇ ਪੁੱਛੋ, ਸੁਖਬੀਰ ਜੀ 2,00,000 ਕਰੋੜ ਕਰਜ਼ਾ ਕਿੱਥੇ ਕਿੱਥੇ ਪੈਸੇ ਵਰਤੇ ਜੇ, ਕਿਹੜੇ ਪਿੰਡ 'ਚ ਵਰਤੇ ਜੇ, ਕੀ ਕੀਤਾ ਜੇ, ਬੱਸਾਂ ਹੀ ਪੈ ਗਈਆਂ। ਮੰਤਰੀ ਬਰਾਬਰ ਦਾ ਹਿੱਸੇਦਾਰ ਸੀ ਬੱਸਾਂ 'ਚ, ਉਹ ਵੀ ਤੇ ਬੱਸ ਪਿਛਲੇ 10 ਸਾਲਾਂ ਦੀ ਵਧੀ ਨਹੀਂ, ਇਹਦੀਆਂ ਕਿੱਥੋਂ ਵਧੀਆਂ ਜਾਂਦੀਆਂ ਨੇ। ਪੋਲ ਤੇ ਇਹਨਾਂ ਦਾ ਖੁੱਲਿਆ, ਪਹਿਲਾਂ ਪੋਲ ਖੋਲ ਕਰਦੇ ਫਿਰਦੇ। ਹਰਿਮੰਦਰ ਸਾਹਿਬ ਤੇ GST ਲੱਗੀ ਆ, ਲੰਗਰ ਤੇ GST ਲੱਗੀ ਆ, ਸੈਂਟਰ ਸਰਕਾਰ ਨੇ GST ਲਾਈ ਆ, ਕੈਬਨਿਟ ਦੇ ਮੋਦੀ ਨੇ GST ਲਾਈ ਹੈ, ਜਿਸ ਕੈਬਨਿਟ 'ਚ ਹਰ ਸਿਮਰਤ ਬੈਠੀ ਹੈ। ਉਹਨੇ ਇੱਕ ਵਾਰੀ ਆਖਿਆ ਮੋਦੀ ਜੀ ਇਹ ਕੰਮ ਨਾ ਕਰੋ, ਕਿਉਂਕਿ ਮੂੰਹ 'ਚ ਬੁਰਕੀ ਪਈ ਹੈ। ਸੱਤਾ ਕਿਤੇ ਨੇ ਐਕਸਰਸਾਈਜ਼ ਕੀਤੀ ਆ, ਹੋ ਸਕਦਾ ਕੋਈ ਜਿਹੜੇ ਯੋਗ ਲਾਭਪਾਤਰੀ ਰਹਿ ਗਏ ਹੁਣ, ਅਸੀਂ ਜਿਹੜੇ ਵੀ ਰਹਿ ਗਏ ਉਹਨਾਂ ਦਾ ਸਾਰਿਆਂ ਨੂੰ ਪਲਾਟ ਅਸੀਂ ਹੁਣ ਤੱਕ 310 ਦਿੱਤੇ ਆ, ਜਿਹਦੇ ਵਿੱਚ 145 ਸਭਰਾ ਪਿੰਡ 'ਚ ਦਿੱਤੇ ਆ, 114 ਅਸੀਂ ਦਦੇਰ ਸਾਹਿਬ 'ਚ ਦਿੱਤੇ ਆ, 53 ਅਸੀਂ ਦਿੱਤੇ ਆ ਕਿਰਤੋਵਾਲ ਦੇ ਵਿੱਚ। ਜਿੱਥੇ ਜਿੱਥੇ ਸਾਨੂੰ ਹੋਰ ਲੋੜ ਮਹਿਸੂਸ ਹੋਏਗੀ ਅਸੀਂ ਆਪਣੇ ਅਧਿਕਾਰੀ ਭੇਜ ਕੇ ਇਨਕੁਆਇਰੀ ਕਰਕੇ ਸਾਰਨ ਦਿਆਂਗੇ। ਲੈਟਰ ਕਿੰਨੀ ਬਣਾਈ ਜਾਂਦੀ? 2100 ਲੈਟਰ ਬਣ ਚੁੱਕੀ ਆ, 8,000 ਹੋਰ ਬਣਦੀ। ਦੇਖੋ ਜੀ, ਪੰਜਾਬ ਸਰਕਾਰ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਇੱਕ ਨਸ਼ਾ ਵਿਰੋਧੀ ਵਿਸ਼ੇਸ਼ ਐਕਸ਼ਨ ਪਲਾਨ ਦੀ ਸ਼ੁਰੂਆਤ ਕੀਤੀ ਜਾ ਰਹੀ, ਉਹਦੇ ਬਾਰੇ ਕੀ ਕਹਿਣਾ ਜੀ? ਉੱਥੇ ਸਾਰੇ ਅਸੀਂ ਜਾ ਰਹੇ ਹਾਂ, ਉਹ ਸਭ ਜਾਣਗੇ, ਉੱਥੇ ਜਿਹੜਾ ਸਹੁੰ ਚੁੱਕਾਂਗੇ ਵੀ ਇਹ ਇਸ ਕੋਡ ਨੂੰ ਮੁਕਾ ਕੇ। ਇਹ ਕੀ ਰੂਪ ਰੇਖਾ ਹੋਊਗੀ ਜੀ ਉਹਦੀ, ਇਹ ਉੱਥੇ ਦੱਸਾਂਗੇ।